हां जी दोस्तों चेक करो छत दा व्यू ते है उत्ते जेड़ा कबूतर बैठा है ना इदी उस्ताद की उम्र ही 10 साल उम्र है जनाब ओ जेड़ा पीछे नाल है हुन उड्या है के जेड़ा बैठा है जेड़ा बैठा है जनाब है ला 10 साल इदी उम्र है सब तू पुराना है ला कबूतर इना दे कोल ठीक है हुन इनू डांदे कोनी लेकिन ये सब तू पुराना 10 साल उम्र इदी है चेक करो तुसी आ थल्ले आया जेड़ा इदी किन्नी उम्र है ये भी 5-6 साल पुराना है ते केड़ी नस्ल ही गोल्डन ये गोल्डन दे विच इनू भी नहीं वडांदे के वडांदे इनू भी नहीं वडांदे जनाब इहदा लाख रुपया रेट लगा है लख रुपया रेट लगा है लख रुपया दा रेट लगा ही नहीं दिता कबूतर तो की एदा खसूसियत है बच्चे बहुत शानदार उड़दे ने बच्चे उड़दे ने ते इकल्ले दा लख रुपया लगा है इकल्ले दा लख रुपया जनाब लगा ते अल्लाह देया बंदे देख कोई चंगे कबूतर ले लेने नाल बहुत अच्छा साडा दिल लगा कबूतर है जनाब है अच्छा ते किन्नी देर हो गई है कबूतरां दा शौक करदे आ किन्ने साल हो गए ना मतलब पर बचपन ही हो गया जनाब मतलब उम्र ते हो गई है तेरी जिन्नी भी लेकिन किन्नी देर हो गई है साल 15 साल हो गए ने रखे 15 साल तू ऐ सेटअप चलन दे है ते पहले वड्डा भरा है ते हुन तू उड़ा रहे है जी ठीक हो गया ते किन्नियां कबाजियां हुन तक लाहड़ियां ने तकरीबन जिन्नियां भी लाइयां ने ते एक बाजी अही हरे आ ਐ ਪਿਛਲੇ ਸੀਜ਼ਨ ਦੇ ਉਹ ਵੀ ਨੇਰੇ ਚ ਕਬੂਤਰ ਨਹੀਂ ਸਨ ਬੈਠੇ ਜਿਹਦੀ ਵਜ੍ਹਾ ਤੋਂ ਅਸੀਂ ਹਰੇ ਆ ਕੋ ਸੁਭਾ ਕੇ ਬੈਠੇ ਨੇ ਤੇ ਬਕਾਇਆ ਮੁਕਾਬਲੇ ਅਸੀਂ ਜਿੱਤੇ ਆ ਤੇ ਅਗਰ ਕੋਈ ਤੈਨੂੰ ਬੁਲਾਣਾ ਚਾਹੇ ਨੁਕਸਾ ਵਗੈਰਾ ਲਾਣ ਤੇ ਉਹ ਵੀ ਲਾ ਲੈਣਾ ਲਾ ਲਈਦਾ ਜਨਾਬ ਜੇ ਕੋਈ ਸਾਨੂੰ ਕੋਈ ਚਾਹਤ ਮੈਂ ਪਤਾ ਲਾ ਕੋਈ ਬੰਦਾ ਮਿਲੇ ਤੇ ਠੀਕ ਹੈ ਸਿਆਲਕੋਟ ਆਪਣਾ ਕਿਹੜੀ ਜਗ੍ਹਾ ਤੇ ਪਿੰਡ ਹੈ ਥੰਬਰਾਲਾ ਜਨਾਬ ਸਿਆਲਕੋਟ ਸਾ ਜਨਾਬ ਜ਼ਾਹਦ ਪੱਟੀ ਤੇ 에어ਪੋਰਟ ਰੋਡ ਤੇ 에어ਪੋਰਟ ਰੋਡ ਜਨਾਬ ਠੀਕ ਹੈ ਤੇ ਹੋਰ ਵੀ ਇੱਥੇ ਪਿੰਡ ਦੇ ਵਿੱਚ ਹੈ ਨਾ ਕਬੂਤਰ ਕਿੰਨੇ ਘੱਡੇ ਨੇ ਭਲਾ ਪਿੰਡ 'ਚ ਇੱਥੇ ਵੀ ਕਾਫੀ ਲੋਕਾਂ ਨੇ ਰੱਖੇ ਨੇ ਮਾਸ਼ਾਅੱਲਾ ਜਨਾਬ ਭਾਜੀ ਤੁਹਾਨੂੰ ਚੈੱਕ ਕਰਾਨੇ ਆ ਇਹ ਵੇਖੋ ਇੱਕ ਹੈ ਨਾਲ ਪਿੰਜਰਾ ਹੈ ਠੀਕ ਹੈ ਹੋਰ ਵੀ ਤੁਹਾਨੂੰ ਬਹਾਨੇ ਆ ਇੱਕ ਹੈ ਜੇ ਪਿੱਛੇ ਇਹ ਵੀ ਇਹਨਾਂ ਨਾਲ ਵੀ ਬਾਜ਼ੀ ਲਾਈ ਹੈ ਕਿ ਨਹੀਂ ਕਦੇ ਜੀ ਜਨਾਬ ਇਹਨਾਂ ਨਾਲ 5 ਦਿਨ ਦੀ ਐਵਰੇਜ ਲਾਈ ਹੈ ਜਿਨ੍ਹਾਂ ਨੂੰ ਮਾਸ਼ਾਅੱਲਾ ਕੋਟ ਕੀਤਾ ਅਜੇ 5 ਦਿਨਾਂ ਦਾ ਇਹ ਭਾਜੀ ਇਹ ਵੀ ਇਹਦਾ ਇਹਨਾਂ ਦੇ ਰਿਸ਼ਤੇਦਾਰ ਹੀ ਨੇ ਤੇ ਉਹ ਪਰਾਂ ਵੀ ਇੱਕ ਬਾਜ਼ੀ ਵਾਲਾ ਉਹ ਕਿਦਾਂ ਹੀ ਅੱਡਾ अगर किसी ने बाजी या कप शप 20-25,000, 30,000, 35,000, 50,000 तक लाना है एक दिन का लाना है 5 दिन का लाना है 3 दिन का लाना है वह ला सकता है ठीक है असू दे विच आइए तो सारे पुट्टे ने कबूतर तो ठीक है तो मतलब असू च लगे दी बाजी हुण ਤੇ ਕਿੰਨੇ ਦਿਨਾਂ ਤੋਂ ਬਾਅਦ ਇਹਨਾਂ ਦੇ ਪਰਨਾ ਨਿਕਲ ਆਉਂਦੇ ਨੇ 45 ਦਿਨਾਂ ਬਾਅਦ ਸਾਰ ਹੋ ਜਾਂਦੇ ਨੇ 50 ਦਿਨਾਂ 'ਚ ਫੁੱਲ ਪੱਕ ਜਾਂਦੇ ਨੇ ਅੱਛਾ 50 ਦਿਨਾਂ 'ਚ ਫੁੱਲ ਪੱਕ ਜਾਂਦੇ ਨੇ ਤੇ ਤੈਨੂੰ ਕਿੰਨੇ ਦਿਨ ਹੋ ਗਏ ਨੇ ਪੁੱਟੇ ਆਨ ਤਕਰੀਬਨ ਕੋ 15 ਕ ਦਿਨ ਹੋ ਗਏ ਨੇ 15 ਕ ਦਿਨ ਹੀ ਹੋਏ ਨੇ ਮਤਲਬ ਮਹੀਨਾ ਹੀ ਹੋਰ ਲੱਗ ਜੇ ਇਹਦਾ ਇਹਨਾਂ ਨੂੰ ਠੀਕ ਹੈ ਤੇ ਟੋਟਲ ਕਬੂਤਰ ਕਿੰਨੇ ਨੇ ਹੁਣ ਇਸ ਟਾਈਮ 70 ਤੋਂ 80 ਕਬੂਤਰ ਆ ਨੇ 80-75-80 ਕਬੂਤਰ ਨੇ ਠੀਕ ਹੈ ਤੇ ਸਾਰੇ ਜਿਹੜੇ ਨਸਲੀ ਨੇ ਉਹ ਰੱਖੇ ਨੇ ਤੇ ਜਿਹੜਾ ਕੋਈ 12 ਇਸ਼ਾਰਾ ਫੜੋ ਤੇ ਉਹ ਕੀ ਕਰਦੇ ਉਹ ਸੇਲ ਕਰ ਦੇਈਦਾ ਹੈ ਤੇ ਜੇ ਕੋਈ ਚੰਗਾ ਹੈ ਇਹ ਵਿੱਚ ਅੱਛਾ ਹੈ ਤੇ ਉਹ ਰੱਖੀਦਾ ਅੱਛਾ ਅੱਛਾ ਹੋਏ ਤੇ ਉਹ ਬਾਬਾ ਨਸੇ ਕਿਉਂ ਹਾਂਜੀ ਹੈ ਨਹੀਂ ਬਹੁਤ ਅੱਛਾ ਜਿਹੜਾ ਹੁੰਦਾ ਨਾ ਕੋਈ ਆ ਵੀ ਜਾਂਦੇ ਨੇ ਕਈ ਆਪਣਾ ਦਾਣਾ ਦੂਣਾ ਦੇ ਵਿੱਚ ਰਹਿ ਜਾਂਦਾ ਪੋਰਟ 'ਚ ਕਈ ਵਾਰੀ ਨਹੀਂ ਵੀ ਕਬੂਤਰਾਂ ਕੋ ਵਾਪਸ ਗਰਮੀ 'ਚ ਜਾਣ ਹੁੰਦਾ ਸਹੀ ਹੈ ਠੀਕ ਹੈ ਮਤਲਬ ਜ਼ਿਆਦਾਤਰ ਤੁਸੀਂ ਸੇਲ ਕਰ ਛੱਡਦੇ ਹੋ ਜਿਹੜੇ ਫੜਦੇ ਹੋ ਜੀ ਠੀਕ ਹੈ ਤੇ ਅੱਜ ਕੱਲ ਮੌਸਮ ਹੈ ਜੇ ਪੁੱਟਣ ਦਾ ਹੈ ਠੀਕ ਹੈ